ਸੇਵਾ ਆਰੰਭ ਕਰਦਿਆਂ ਸਮੂਹ ਨਗਰ ਵੱਲੋਂ ਅਤੇ ਪਾਵਨ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵੱਲੋਂ ਦਰਬਾਰਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਮਹਾਰਾਜ ਸੱਚੇ ਪਾਤਸ਼ਾਹ ਸਮੁੱਚੀ ਤਿਆਰੀ ਹੋਈ। ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਪਾਵਨ ਦਰਬਾਰਾਂ ਦੇ ਨੀਂਹ ਪੱਥਰ ਰੱਖਣ ਦੀ ਆਗਿਆ ਬਖਸ਼ਿਸ਼ ਕਰੋ। ਆਪ ਨੇ ਕਿਰਪਾ ਕਰਨੀ, ਰਹਿਮਤ ਕਰਨੀ, ਸੰਤਾਂ ਕੀ ਓ ਨਿਹਾਲ ਜਗਤ ਬਣਿਆ ਤੇ ਜੀਵ ਆਇਆ ਤੇ ਉਸ ਦੇ ਆਉਣ ਤੱਕ ਕੋਈ ਮਨੋਰਥ ਵੀ ਹੋਏਗਾ ਤੇ ਉਹ ਮਨੋਰਥ ਕੀ ਹੈ? ਉਹ ਗੁਰੂ ਸਾਹਿਬ ਨੂੰ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਜੀਵਨ ਦਾ ਮਨੋਰਥ ਕੀ ਹੈ ਤੇ ਉਹ ਇਸ ਦੀ ਪ੍ਰਾਪਤੀ ਸਾਰੇ ਕਾਰਜ ਆਪ ਸਵਾਰਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਬਣਾਉਣੇ ਹੈ ਪਿੰਡ ਸੋਹਾਲੀ, ਜਿੱਥੇ ਕਿ ਗੁਰੂ ਘਰ ਦੀ ਨਵੀਂ ਇਮਾਰਤ ਭਗਤ ਰਾਮਦਾਸ ਜੀ ਦੇ ਯਾਦਗਾਰ ਨਾਂ ਦੇ ਉੱਤੇ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਪੰਜ ਪਿਆਰੇ ਸਾਹਿਬਾਨਾਂ ਦੇ ਨੀਂਹ ਪੱਥਰ ਰੱਖਿਆ ਜਾ ਰਿਹਾ ਤੇ ਗੁਰਮਤਿ ਸਮਾਗਮ ਹੋ ਰਹੇ ਹਨ। ਸਮੁੱਚੀਆਂ ਸੰਗਤਾਂ ਗੁਰਦੁਆਰੇ ਪ੍ਰਭਾਸ਼ਾ ਦਿੰਦੀਆਂ ਹੋਈਆਂ ਸੇਵਾ ਨਿਭਾਉਂਦੇ ਹਨ ਕਿ ਗੁਰਦੁਆਰਾ ਗੁਰਪ੍ਰੀਤ ਸਿੰਘ ਜੀ ਜਿਹੜੇ ਹਸਪੀਟਲ ਦਾ ਵੀ ਕੰਮ ਕਰਦੇ ਦੇਖ ਰਹੇ ਕਹਾਂਗੇ, ਭਾਈ ਬਲਵੀਰ ਸਿੰਘ ਗੁਰਦੁਆਰਾ ਜਿਹੜਾ ਜੰਗ ਦੇ ਮੈਦਾਨ ਦਾ ਵੀ ਕੰਮ ਕਰਦੇ ਗੁਰਦੁਆਰਾ ਸਕੂਲ ਦਾ ਵੀ ਕੰਮ ਕਰਦੇ ਸਿੰਘ ਜੀ ਹਰਮਨ। ਇਸ ਤਰੀਕੇ ਨਾਲ ਜਦੋਂ ਵੀ ਆਪਾਂ ਗੁਰਦੁਆਰੇ ਦੀ ਇਮਾਰਤ ਬਣਾਉਣੀ ਹੈ ਉਹਦੇ ਵਿੱਚ ਇੱਕ ਛੋਟੀ ਜਿਹੀ ਡਿਸਪੈਂਸਰੀ ਹੋਣੀ ਜ਼ਰੂਰੀ ਹੈ ਤਾਂਕਿ ਲੋੜਵੰਦਾਂ ਨੂੰ ਉੱਥੋਂ ਦਵਾਈ ਮਿਲ ਸਕੇ। ਉੱਥੇ ਛੋਟੀ ਜਿਹੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੀ ਅੱਜ ਉਦਘਾਟਨ ਕੀਤਾ ਗਿਆ ਪਿੰਡ ਸੋਹਾਲੀ ਦੇ ਵਿੱਚ ਗੁਰਦੁਆਰਾ ਸਾਹਿਬ ਦਾ, ਸੋ ਤੁਸੀਂ ਸ਼ਿਰਕਤ ਕੀਤੀ ਹੈ, ਕੀ ਕਹਿਣਾ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮੂਹ ਨਗਰ ਨਿਵਾਸੀਆਂ ਨੇ ਜੋ ਇਹ ਗੁਰੂ ਦਾ ਹਰਿਮੰਦਰ ਬਣਾਉਣ ਵਾਸਤੇ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਹੈ। ਸੋ ਅਸੀਂ ਸਮੂਹ ਇਲਾਕੇ ਨੂੰ, ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਰਲ ਮਿਲ ਕੇ ਇਸ ਵਿੱਚ ਤਨ ਮਨ ਧਨ ਨਾਲ ਸੇਵਾ 'ਚ ਹਿੱਸਾ ਪਾਓ ਤਾਂ ਜੋ ਇਹ ਜੋ ਮੰਦਰ ਹੈ ਹਰੀ ਦੇ ਮੰਦਰ ਬਣ ਜਾ ਰਹੇ ਹਨ, ਸੋ ਇਹ ਗੁਰੂ ਦੀ ਕਿਰਪਾ ਨਾਲ ਨੇਪਰੇ ਚੜ੍ਹ ਸਕਣ। ਸੋ ਸਾਰਿਆਂ ਨੂੰ ਬੇਨਤੀ ਆ ਅਤੇ ਸਾਰੇ ਰਲ ਮਿਲ ਕੇ ਸੇਵਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਸਰਪੰਚ ਬਲਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਗਰ ਦੇ ਲਈ ਬਹੁਤ ਵਡਭਾਗਾ ਦਿਨ ਹੈ,
ਬਹੁਤ ਸੰਗਤਾਂ ਨੇ ਆ ਕੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਪ੍ਰਭ ਆਸਰਾ ਸੰਸਥਾ ਪਟਿਆਲਾ ਤੋਂ ਭਾਈ ਸ਼ਮਸ਼ੇਰ ਸਿੰਘ ਜੀ, ਗੁਰਦੁਆਰਾ ਗੜ੍ਹੀ ਪੋਰਖਾ ਸਾਹਿਬ ਤੋਂ ਹਰਮਨ ਜੀ, ਹੋਰ ਚੰਡੀਗੜ੍ਹ ਤੋਂ ਕੁਝ ਸੰਗਤ ਪਹੁੰਚੀ, ਜਿਨ੍ਹਾਂ ਨੇ ਅੱਜ ਜਿਹੜਾ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਉਹਦੇ ਵਾਸਤੇ ਸਾਡੀ ਬਾਂਹ ਫੜੀ ਹੈ। ਸਾਡੀ ਪ੍ਰਬੰਧਕ ਕਮੇਟੀ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਾਡੇ ਵੱਲੋਂ ਆਈਆਂ ਸਿੱਖ ਸੰਗਤਾਂ ਦਾ, ਔਰ ਜਿਹੜੀਆਂ ਵੀ ਸੰਗਤਾਂ ਪਹੁੰਚੀਆਂ ਹੈ ਸਾਡੇ ਵੱਲੋਂ, ਸਾਡੇ ਨਗਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ। ਹਾਂਜੀ ਰਵਿੰਦਰ ਵਜੀਦਪੁਰੀ ਜੀ, ਤੁਹਾਡਾ ਕੀ ਕਹਿਣਾ ਜੋ ਅੱਜ ਇਹ ਇੱਕ ਸ਼ੁਭ ਕੰਮ ਹੋਇਆ ਗੁਰਦੁਆਰਾ ਸਾਹਿਬ ਦੇ ਆਰੰਭਤਾ ਹੋਈ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਹੈ ਸਮੱਚੀਆਂ ਸੰਗਤਾਂ ਨੂੰ, ਅਤੇ ਕੋਈ ਵੀ ਧਾਰਮਿਕ ਸਥਾਨ ਅਸੀਂ ਬਣਾਉਂਦੇ ਹਾਂ ਅਤੇ ਉਹਦਾ ਇਹ ਹੈ ਕਿ ਪੂਰਾ ਜੋ ਹੋਵੇ ਜੋ ਫਰਜ਼ ਹੈ ਕਿ ਆ ਕੇ ਅਸੀਂ ਸਿੱਖਿਆ ਲੈ ਕੇ ਜੋ ਅੱਜ ਬੁਰਾਈਆਂ ਧੱਕੇਸ਼ਾਹੀਆਂ ਫੈਲ ਰਹੀਆਂ ਨੇ ਉਹਨਾਂ ਨੂੰ ਖਿਲਾਫ਼ ਆਪਾਂ ਚੱਲ ਕੇ ਆਪਣਾ ਫਰਜ਼ ਨਿਭਾਈਏ, ਸੋਹਣਾ ਸਮਾਜ ਬਣਾਈਏ, ਹਰ ਇੱਕ ਨੂੰ ਸੁੱਖ ਦੇ ਵਿੱਚ ਸ਼ਰੀਕ ਹੋਈਏ। ਜੋ ਆਪਾਂ ਗੁਰੂਆਂ ਪੀਰਾਂ ਤੋਂ ਸਿੱਖਣਾ ਹੈ, ਸਿੱਖ ਕੇ ਉਹਨਾਂ ਫਰਜ਼ਾਂ ਨੂੰ, ਜਿੱਥੇ ਆਪਣਾ ਜੀਵਨ ਵੀ ਸਫਲ ਹੋਵੇਗਾ ਉੱਥੇ ਸਮਾਜ ਦਾ ਵੀ ਭਲਾ ਹੋਵੇਗਾ। ਉਹਨਾਂ ਦਾ ਇੱਕੇ ਇੱਕ ਸੰਦੇਸ਼ ਹੈ ਕਿ ਪੂਰੀ ਮਨੁੱਖਤਾ ਜੋ ਹੈ ਕਿ ਉਹ ਪਰਮਾਤਮਾ ਦਾ ਰੂਪ ਹੈ, ਸਾਰਿਆਂ ਦੇ ਵਿੱਚ ਮਿਲ ਕੇ ਅਸੀਂ ਭਾਈਚਾਰਕ ਤੌਰ 'ਤੇ ਸੇਵਾ ਨਿਭਾਈਏ। ਸੋ ਇੱਥੇ ਜੋ ਅੱਜ ਗੁਰੂ ਘਰ ਦੀ ਨਵੀਂ ਬਿਲਡਿੰਗ ਬਣਾਈ ਜਾ ਰਹੀ ਹੈ, ਸੋ ਬਣੇਗੀ ਅਤੇ ਸੰਗਤਾਂ ਜੁੜਨਗੀਆਂ, ਗੁਰੂ ਦਾ ਸ਼ਬਦ ਸੁਣ ਕੇ ਆਪਣੇ ਜੀਵਨ ਦਾ ਉਹ ਭਲਾ ਕਮਾਉਣਗੇ। ਹੋਰ ਵੀ ਸਮੁੱਚੇ ਪਿੰਡ ਵਾਸੀ ਅਤੇ ਹੋਰ ਵੀ ਸ਼ਖਸੀਅਤਾਂ ਪਹੁੰਚੀਆਂ ਨੇ, ਅੱਜ ਸ਼ੁਰੂਆਤ ਹੋਈ ਹੈ। ਸੋ ਬਹੁਤ ਬਹੁਤ ਮੁਬਾਰਕਬਾਦ ਹੈ ਕਿ ਭਗਤ ਰਵਿਦਾਸ ਜੀਆਂ ਦੇ ਨਾਂ 'ਤੇ ਜੋ ਗੁਰੂ ਘਰ ਉਸਾਰਿਆ ਜਾ ਰਿਹਾ ਹੈ, ਕਿ ਉਹਨਾਂ ਨੇ ਜੋ ਸਾਨੂੰ ਜੀਵਨ ਦੇ ਵਿੱਚ ਪਖੰਡਾਂ ਦੇ ਖਿਲਾਫ਼ ਮਾਰੂ ਬਣਾਈਆਂ ਦੇ ਖਿਲਾਫ਼ ਉਪਦੇਸ਼ ਦਿੱਤਾ, ਉਹਨਾਂ ਨੂੰ ਅਸੀਂ ਧਾਰਨ ਕਰੀਏ। ਗੁਰਬਾਣੀ ਸ਼ਬਦ ਦਾ ਇਹੀ ਸਾਡੇ ਲਈ ਲਾਹਾ ਹੈ। ਸੋ ਤੁਹਾਡਾ ਵੀ ਚੈਨਲ ਦਾ ਧੰਮਾਨ ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸ਼ਬਦ ਤੁਸੀਂ ਬੋਲ ਦੋ, ਮਾਸਟਰ ਜੀ ਬੋਲ ਦੋ, ਰਾਣਾ ਜੀ ਰਾਣਾ ਜੀ ਆਓ। ਹਾਂਜੀ ਰਾਣਾ ਜੀ, ਅੱਜ ਉਦਘਾਟਨ ਕੀਤਾ ਗਿਆ ਗੁਰਦੁਆਰਾ ਸਾਹਿਬ ਦਾ ਪਿੰਡ ਸੁਹਾਲੀ ਦੇ ਵਿੱਚ, ਸੋ ਤੁਹਾਡੇ ਵੱਲੋਂ ਪ੍ਰਭ ਆਸਰਾ ਵੱਲੋਂ ਵੀ ਇੱਥੇ ਸ਼ਿਰਕਤ ਕੀਤੀ ਗਈ ਹੈ, ਕੀ ਕਹਿਣਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੇ ਧੰਨਭਾਗੀ ਹੈ, ਸਾਨੂੰ ਇਹ ਸੇਵਾ ਮਿਲੀ। ਗੁਰੂ ਮਹਾਰਾਜ ਇੱਦਾਂ ਹੀ ਚਰਨਾਂ ਨਾਲ ਲਗਾਈ ਰੱਖਣ ਅਤੇ ਇੱਦਾਂ ਹੀ ਸੇਵਾ ਲੈਣ, ਅਸੀਂ ਹਰ ਟਾਈਮ ਤਿਆਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੁਲਵਿੰਦਰ ਸਿੰਘ ਜੀ, ਇਹ ਇੱਕ ਬਹੁਤ ਵੱਡਾ ਉਪਰਾਲਾ ਜੋ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਜਾ ਰਿਹਾ, ਕੀ ਕਹਿਣਾ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਧੰਨਵਾਦ ਹੈ ਇਹ ਧੰਮਾਨ ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਕਿ ਸਾਡੇ ਨਗਰ ਪਹੁੰਚ ਕੇ ਇਸ ਜੋ ਵੀਡੀਓ ਬਣਾਈ ਜਾ ਰਹੀ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕੀਤਾ ਜਾਵੇ। ਅੱਜ ਜੋ ਗੁਰੂ ਘਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਸੋ ਸਾਰੇ ਇਲਾਕਾ ਨਿਵਾਸੀਆਂ ਨੂੰ, ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਬੇਨਤੀ ਇਹੀ ਸਾਡੀ ਦਾਨੀ ਸੱਜਣਾ ਵੀਰਾਂ ਨੂੰ ਕਿ ਇਸ ਸੇਵਾ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਕਰਕੇ ਜੋ ਗੁਰੂ ਘਰ ਦੀ ਇਮਾਰਤ ਉਸਾਰੀ ਜਾ ਰਹੀ ਹੈ, ਇਹਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓ। ਜੋ ਵੀ ਸਾਡੀ ਇਸ ਵੀਡੀਓ ਦੇਖ ਰਿਹਾ, ਅੱਗੇ ਤੋਂ ਅੱਗੇ ਸ਼ੇਅਰ ਕਰਕੇ, ਜੋ ਦਾਨੀ ਸੱਜਣ ਵੀਰ ਸਾਡੀ ਵੀਡੀਓ ਦੇਖਦੇ ਹੈ, ਉਹਨਾਂ ਨੂੰ ਵੀ ਬੇਨਤੀ ਹੈ ਵੀ ਸਾਡੀ ਸੇਵਾ ਦੇ ਵਿੱਚ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਪਿੰਦਰ ਸਿੰਘ ਜੀ, ਇਹ ਇੱਕ ਬਹੁਤ ਅੱਛਾ ਕੰਮ ਹੋ ਰਿਹਾ, ਵਧੀਆ ਕੰਮ ਹੋ ਰਿਹਾ ਪਿੰਡ ਸੁਹਾਲੀ ਦੇ ਵਿੱਚ ਜੋ ਨੀਂਹ ਪੱਥਰ ਰੱਖਿਆ ਗਿਆ ਗੁਰਦੁਆਰਾ ਸਾਹਿਬ ਦਾ, ਸੋ ਕੀ ਦੋ ਸ਼ਬਦ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸੁਹਾਲੀ ਨਿਵਾਸੀਆਂ ਨੇ ਉਪਰਾਲਾ ਕੀਤਾ ਹੈ ਗੁਰੂ ਘਰ ਦੀ ਨਵੀਂ ਇਮਾਰਤ ਬਣਾਉਣ ਦਾ,
ਉਹਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਹਦੇ ਲਈ ਮੈਂ ਸੰਗਤਾਂ ਨੂੰ ਇਲਾਕੇ ਦੀਆਂ ਅਤੇ ਪਿੰਡ ਦੀਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਦੇ ਵਿੱਚ ਸਹਿਯੋਗ ਦਿੱਤਾ ਜਾਵੇ ਕਿਉਂਕਿ ਇਹਨੇ ਇੱਕ ਚਾਨਣ ਮੁਨਾਰੇ ਦਾ ਕੰਮ ਕਰਨਾ ਸਾਡੇ ਸਮਾਜ ਲਈ ਅਤੇ ਉਹਦੇ 'ਚ ਸਾਰਿਆਂ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਗੱਜ ਵੱਜ ਕੇ ਪੂਰਾ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਇਮਾਰਤ ਹੈ ਜਿਹੜੀ ਜਲਦੀ ਤੋਂ ਜਲਦੀ ਬਣ ਕੇ ਜਿਹੜੇ ਮਿਸ਼ਨ ਨੂੰ ਲੈ ਕੇ ਬਣਾਈ ਗਈ ਹੈ ਉਹਨੂੰ ਪੂਰਾ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।